ਹਾਂਜੀ ਬਹੁਤ ਕਰਦੇ ਆ ਸਵਾਤਿ ਤੁਹਾਡੇ ਆਪਦੇ YouTube ਚੈਨਲ ਤੇ ਜਿਹੜਾ ਵੀ ਭਰਾ ਆਪਣੇ ਚੈਨਲ ਤੇ ਨਾ ਮੈਂ ਆਇਆ ਆਪਣੇ ਚੈਨਲ ਨੂੰ ਸਭ ਤੋਂ ਪਹਿਲਾਂ ਕਰ ਲੋ ਸਬਸਕ੍ਰਾਈਬ ਤੇ ਨਾਲ ਲੱਗੇ ਘੰਟੀ ਦੇ ਆਪਸ਼ਨ ਨੂੰ ਆਲ ਤੇ ਕਰ ਦਿਓ ਸੈੱਟ ਤਾਂ ਕਿ ਨਿੰਦਰੇ ਵੀ ਵੀਡੀਓਸ ਨੂੰ ਸਭ ਤੋਂ ਪਹਿਲਾਂ ਚੈਨਲ ਤੇ ਮਿਲਦੀਆਂ ਰਹਿਣ ਤੇ ਅੱਜ ਆਪਾਂ ਸੇਲ ਵਾਸਤੇ ਕਾਫੀ ਰੇਟਰ ਲੈ ਕੇ ਆਏ ਆ ਤੇ ਸਭ ਤੋਂ ਪਹਿਲਾਂ ਸਾਡਾ ਹੈਲਪ ਹੈਂਡ ਬਕਰੋ ਨੋਟੇ ਇਸ ਤੇ ਪਾ ਤੁਸੀਂ ਫੋਟੋਆਂ ਭੇਜ ਕੇ ਦੇਣ ਇਨਫੋਰਮੇਸ਼ਨ ਭੇਜ ਦਿਓ ਕਿਸੇ ਵੀ ਚਾਹੰਦੀ ਹੈ ਮੁਫਤ ਵਿੱਚ ਜਾਂ ਤੇ ਲਵਾ ਸਕਦੇ ਹੋ ਤੇ ਅੱਜ ਆਪਾਂ ਪਹਿਲ ਨੰਬਰ ਦੇ ਗੱਲ ਕਰਦੇ ਆ ਸਵਰਾਜ 855 ਐਫ ਆਈ ਦੀ ਰਜਿਸਟਰੀ ਉਹ ਮਾਡਲ ਹੈ 2008 ਮੋਡਲ ਟਰੈਕਟਰ ਦਾ ਜੇ ਆਪ ਇਹਦੇ ਟਾਇਰ ਦੀਆ ਕਰੀਏ 60 ਪੈਸੇ ਇਹਦੇ ਟਾਇਰ ਪਾਉਣੇ ਹੈਵੀ ਬੰਪਰ ਹੁੱਡ ਨਾਲਾ ਟਰੈਕਟਰ ਦੇ ਬਾਡੀ ਚਾਸਿਸ ਦਾ ਰਮ ਗਰਾਟਾ ਰੰਗਸ ਨਾਲ ਦੇ ਕਿਤੇ ਵੀ ਦਵਾ ਰੰਗ ਪੇਂਟ ਨਹੀਂ ਹੋਇਆ ਹੋਇਆ ਸੀ ਛਿਰੀ ਦੇ ਵਿੱਚ ਟਰੈਕਟਰ ਹੈ ਤੇ ਇੰਜਨ ਗੀਰ ਲਿਫਟ ਪੰਪ ਦਾ ਟਰੈਕਟਰ ਫਲੂਕਿਆ ਕੋਈ ਗਮੀ ਵੀ ਨਹੀਂ ਕੋਈ ਪਾਰਟਸ ਨਹੀਂ ਹੋਇਆ ਕੋਈ ਰਿਪੇਅਰ ਨਹੀਂ ਭਾਲਦਾ ਫੁੱਲ ਟਾਪ ਕਲਾਸ ਕੰਡੀਸ਼ਨ ਦੇ ਵਿੱਚ ਟਰੈਕਟਰ ਪਿਆ ਹੈ ਹੈਵੀ ਵੈਂਪਰ ਹੌੜ ਨਾਲ ਆ ਤੇ ਜਿਹੜਾ ਵੀਪਰਾ ਟਰੈਕਟਰ ਲੈਣ ਲਈ ਚਾਹਵਣ ਹੋਵੇ ਬਾਕੇ ਚਲਾ ਕੇ ਟਹਿ ਡਰਾਈਵ ਕਰਕੇ ਟਰੈਕਟਰ ਖੀਸਾ ਦੇਉ ਤੇ ਜੇ ਆਪਾਂ ਹੀ ਡਿਮਾਂਡ ਦੀਆ ਕਰੀਏ ਮਾਲਕ ਵੀਰ ਹੁਣੀਆਂ ਵੱਲੋਂ ਇਸ ਦੀ ਡਿਮਾਂਡ ਰੱਖੀ ਗਈ ਹੈ 3,08,000 ਰੁਪਇਆ ਜੋ ਕਿ ਮੌਕੇ ਦੇ ਥੋੜਾ ਬਹੁਤ ਹੀ ਲੈਸ ਹੋਵੇਗਾ ਤੇ ਕੰਟ੍ਰੈਕਟ ਨੰਬਰ ਨੀਚੇ ਸਕਰੀਨ ਦੇ ਉੱਤੇ ਸੂ ਹੋ ਰਿਹਾ ਹੈ ਇਸ ਤੇ ਕਾਲ ਕਰਕੇ ਦੂਸਰੇ ਡ੍ਰੈਕਟਰ ਖੀਸਾ ਦੇ ਤੇ ਮਾਲਕ ਵੀਰ ਹੁਣਿੰਦ ਹੋਰ ਕੋਈ ਵੀ ਜਾਣਕਾਰੀ ਲੈ ਸਕਾਂ ਟਰੈਕਟਰ ਬਾਰੇ ਤੇ ਰਿਹਾ ਹੈਗੇ ਮਾਲਕ ਵੀਰ ਹੁਣਿੰਦ ਜਲਾਲਾਬਾਦ ਤੇ ਅੱਗੇ ਆਪਾਂ ਕਰਦੇ ਆਂ ਸੋਨਾਲੀਕਾ 756 DI ਦੀ ਜਿਸਤਾ ਜੋ ਮਾਡਲ ਹੈ 2016 ਮਾਹੌਲਾ ਟਰੈਕਟਰ ਦਾ ਜੇ ਆਪੇ ਦੇ ਟੈਂਡੀਆਂ ਕਰੀਏ 90 ਪੈਸੇ ਦੇ ਟਾਇਰ ਪੈਣੇ ਹੈਵੀ ਬੰਪਰ ਫਾਈਬਰ ਹੁੱਡ ਨਾਲਾ ਟਰੈਕਟਰ ਦੇ ਬਾਡੀ ਚਾਸਿਸ ਦਰਾਮ ਗਰਾਟਾਂ ਰੰਗ ਸਾ ਨਾਲ ਦਾ ਕਿਤੇ ਵੀ ਦਵਾ ਰੰਗ ਪੇਣ ਨਹੀਂ ਹੋਇਆ ਹੋਇਆ ਡੰਡਾ ਡਰਾਵਲ ਨਾਲਾ ਟਰੈਕਟਰ ਦੇ ਪੰਜਾਬ ਨੰਬਰ ਟਰੈਕਟਰ ਦੇ ਪਾਵਰ ਸਟੀering ਟਰੈਕਟਰ ਇੰਜਨ ਗੇਅਰ ਲਿਫਟ ਪੰਪ ਦਾ ਟਰੈਕਟਰ ਫਲੂਕੀ ਹੈ ਕੋਈ ਕਮੀ ਬੇਸ਼ਕੀ ਨ ਕੋਈ ਪਾਟੇਸ਼ ਨਹੀਂ ਆਕ ਰੁਪਿਆ ਨਹੀਂ ਭਾਲਦਾ ਫੁੱਲ ਟੌਪ ਕਲਾਸ ਕੰਡੀਸ਼ਨ ਦੇ ਵਿੱਚ ਰੇਟ ਰੁਪਿਆ ਹੈ ਤੇ ਜਿਹੜਾ ਇਹ ਵੀਪਰਾ ਟਰੈਕਟਰ ਲੈਣ ਲਈ ਚਾਹਵਣ ਹੋਵੇ ਬਾਕੇ ਚਲਾ ਕੇ ਟਹਿ ਡਰਾਈਵ ਕਰਕੇ ਰੇਟ ਰਖੀਸਾ ਆਦਿਆਂ ਤੇ ਜੇ ਆਪ ਇਹ ਡਿਮਾਂਡ ਦੀਆ ਕਰੀਏ ਮਾਲਕ ਵੀਰ ਹੁਣੀਆਂ ਵੱਲੋਂ ਇਸ ਦੀ ਡਿਮਾਂਡ ਰੱਖੀ ਗਈ ਹੈ ਜੋ ਕਿ 4,70,000 ਰੁਪਏ ਮੌਕੇ ਦੇ ਥੋੜਾ ਬਹੁਤੀ ਲੈਸ ਹੋਵੇਗਾ ਤੇ ਕੰਟੈਕਟ ਨੰਬਰ ਨੀਚੇ ਸਕਰੀਨ ਦੇ ਉੱਤੇ ਸੋ ਹੋ ਰਿਹਾ ਹੈ ਇਸ ਤੇ ਕਾਲ ਕਰਕੇ ਦੂਸਰੇ ਡਾਇਰੈਕਟਰ ਖੀਰ ਸਾਹਿਬ ਦੇ ਤੇ ਮਾਲਕਵੀਰ ਹੁਣੀ ਦੇ ਹੋਰ ਕੋਈ ਵੀ ਜਾਣਕਾਰੀ ਲੈ ਸਾਂ ਟਰੈਕਟਰ ਬਾਰੇ ਤੇ ਸਮਰਾਲ ਆਏ ਦੀ ਮਾਲਕਵੀਰ ਹੁਣੀਆਂ ਦਾ ਤੇ ਅੱਗੇ ਆ ਪਾਲ ਕਰਦੇ ਆ ਜੌਂਡੀਅਰ 53 ਦਾਸ ਦੀ ਜਿਸ ਦਾ ਇਹ ਮਾਡਲ ਹੈ 2017 ਮਾਲ ਟਰੈਕਟਰ ਦਾ ਜੇ ਆਪ ਇਹਦੇ ਟੈਂਦੀਆ ਕਰੀਏ 85 ਬੇਸ਼ੈਦ ਟਾਇਰ ਪੈਣੇ ਨਾਲ ਦੇ ਟਾਇਰ ਨੇ ਹੈਵੀ ਬੰਪਰ ਨਾਲ ਟਰੈਕਟਰ ਦੇ ਬਾਡੀ ਚਾਸ ਦੇ ਨਾਲ ਮਗਰਾਟਾ ਰੰਗਸਾ ਨਾਲ ਦਾ ਕਿਤੇ ਵੀ ਦੁਆਰ ਰੰਗ ਪੈਣ ਨਹੀਂ ਹੋਇਆ ਹੋਇਆ ਤੇ ਮਗਲੇ ਟਾਇਰ ਤੇ ਵੀਰਸ ਲੱਗੇ ਨੇ ਇੰਜਨ ਗੇਅਰ ਲਿਫਟ ਪੰਪ ਦਾ ਟਰੈਕਟਰ ਫੁੱਲ ਲੋਕਿਆ ਕੋਈ ਕਮੀ ਬੇਸੀ ਨਹੀਂ ਕੋਈ ਪਾਰਟ ਚੇ ਨਹੀਂ ਹੋਇਆ ਕੋਈ ਰੁਪਿਆ ਨਹੀਂ ਭਾਲਦਾ ਫੁੱਲ ਟੌਪ ਕਲਾਸ ਕੰਡੀਸ਼ਨ ਦੇ ਵਿਚਰੇ ਰੁਪਿਆ ਬਾਡੀ ਚਾਸ ਦੇ ਨਾਲ ਮਗਰਾਟਾ ਰੰਗਸਾ ਨਾਲ ਦਾ ਕਿਤੇ ਵੀ ਦੁਆਰ ਰੰਗ ਪੈਣ ਨਹੀਂ ਹੋਇਆ ਹੋਇਆ ਜਿਹੜਾ ਇਹ ਵੀਪਰਾ ਟਰੈਕਟਰ ਲੈਣ ਲਈ ਚਾਹਵਣ ਹੋਵੇ ਬਾਕੇ ਚਲਾ ਕੇ ਟੈਸਟ ਡਰਾਈਵ ਕਰਕੇ ਟਰੈਕਟਰ ਖਰੀਦਾ ਦਿਓ ਪੰਜਾਬ ਨੰਬਰ ਟਰੈਕਟਰ ਹੈ ਤੇ ਜੇ ਆਪੇ ਹੀ ਡਿਮਾਂਡ ਦੀਆ ਕਰੀਏ ਮਾਲਕਵੀਰ ਹੁਣੀਆਂ ਵੱਲੋਂ ਇਸ ਦੀ ਰਮਾਂਡ ਰੱਖੀ ਗਈ ਹੈ ਜੋ ਕਿ 6,35,000 ਰੁਪਿਆ ਮੌਕੇ ਦੇ ਥੋੜਾ ਬਹੁਤੀ ਲੈਸ ਹੋਵੇਗਾ ਤੇ ਕੰਟੈਕਟ ਨੰਬਰ ਨੀਚੇ ਸਕਰੀਨ ਦੇ ਉਤੇ ਸੋ ਹੋ ਰਿਹਾ ਹੈ ਇਸ ਤੇ ਕਾਲ ਕਰਕੇ ਤੁਸੀਂ ਰੈਟਰ ਖਰੀਦ ਸਕਦੇ ਹੋ ਤੇ ਮਾਲਕਵੀਰ ਹੁਣ ਤੋਂ ਹੋਰ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਬਾਰੇ ਤੇ ਬਰਨਾਲਾ ਏਰੀਆ ਮਾਲਕਵੀਰ ਹੁਣੀਆਂ ਦਾ ਤੇ ਅੱਗੇ ਆਪਾਂ ਕਰਦੇ ਆਂ ਮਹਿੰਦਰਾ 582 DI ਦੀ ਜਿਸਦਾ ਜੋ ਮਾਡਲ ਹੈ 1999 ਮਾਡਲ ਟਰੈਕਟਰ ਦਾ ਜੇ ਆਪੇ ਦੇ ਟੈਂਡੀਆਂ ਕਰੀਏ ਵਧੀਆ ਕੰਡੀਸ਼ਨ ਦੇ ਵਿੱਚ ਰੈਡ ਦੇ ਟਾਇਰ ਪੈਣੇ ਹੈਵੀ ਬੰਪਰ ਨਾਲ ਹੈ ਤੇ ਅਗਲੇ ਟੈਂਡੇ ਮਗਰਾਟ ਲੱਗੇ ਨੇ ਮਿਊਜ਼ਿਕ ਸਿਸਟਮ ਬਾਰੇ ਮਾਲਕ ਵੀਰ ਹੁਣੇ ਤੋਂ ਕੰਫਰਮ ਕਰ ਸਕਾ ਦਿਓ ਬਾਡੀ ਚੈਕ ਦਰਾ ਮਗਰਾਟਾਂ ਰੰਗ ਸਾੜ ਨਾਲ ਦਾ ਕਿਤੇ ਵੀ ਦਵਾ ਰੰਗ ਪੈ ਨਹੀਂ ਹੋਇਆ ਹੋਇਆ ਤੇ ਇੰਜਨ ਗੀਅਰ ਲਿਫਟ ਪੰਪ ਦਾ ਟਰੈਕਟਰ ਫਲੋਕਿਆ ਕੋਈ ਕਮੀ ਬੇਸ਼ਿਕ ਕੋਈ ਪਾਰਟਸ ਨਹੀਂ ਆਕਰ ਪਿਆ ਨਹੀਂ ਭਾਲਦਾ ਫੁੱਲ ਟੌਪ ਕਲਾਸ ਕੰਡੀਸ਼ਨ ਦੇ ਵਿੱਚ ਰੈਟਰ ਪਿਆ ਪੰਜਾਬ ਨੰਬਰ ਟਰੈਕਟਰ ਹੈ ਤੇ ਜਿਹੜਾ ਇਹ ਵੀ ਪੁਰਾ ਟਰੈਕਟਰ ਲੈਣ ਲਈ ਚਾਹ ਬਣ ਹੋਵੇ ਬਾਕੇ ਚਲਾ ਕੇ ਟਹਿ ਡਰਾਈਵ ਕਰਕੇ ਟਰੈਕਟਰ ਖੀਸਾ ਆਦਿਆਂ ਤੇ ਜੇ ਆਪੇ ਡਿਮਾਂਡ ਦੀਆ ਕਰੀਏ ਮਾਲਕ ਵੀਰ ਹੁਣੀਆਂ ਵੱਲੋਂ ਇਸ ਦੀ ਰਿਮਾਂਡ ਰੱਖੀ ਗਈ ਹੈ 255000 ਰੁਪਇਆ ਜੋ ਕਿ ਮੌਕੇ ਦੇ ਥੋੜਾ ਬਹੁਤ ਹੀ ਲੈਸ ਹੋਵੇਗਾ ਤੇ ਡਬਲ ਕਲਾਚਾ ਟਰੈਕਟਰ ਤੇ ਕੰਟੈਕਟ ਨੰਬਰ ਨੀਚੇ ਸਕਰੀਨ ਦੇ ਉੱਤੇ ਸੋ ਹੋ ਰਿਹਾ ਇਸ ਤੇ ਕਾਲ ਕਰਕੇ ਤੁਸੀਂ ਟਰੈਕਟਰ ਖੀਸਾ ਸਕਦੇ ਹੋ ਤੇ ਮਾਲਕ ਵੀਰ ਹੁਣੇ ਦੁਰਗੇ ਵੀ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਬਾਰੇ ਤੇ ਰਹੀ ਹੈਗਾ ਮਾਲਕ ਵੀਰ ਹੁਣੇ ਦਾ ਬਾਗਾ ਪੁਰਾਣਾ ਤੇ ਅੱਗੇ ਆਪਾਂ ਕਰਦੇ ਹਾਂ 14 ਬਾਈ 7 ਦੇ ਟਰਾਲੇ ਦੀ ਜਿਹੜਾ ਕਿ ਵਧੀਆ ਕੰਡੀਸ਼ਨ ਦੇ ਵਿੱਚ ਪਿਆ ਹੈ ਫੋਟੋਆਂ ਸਕਰੀਨ ਉੱਤੇ ਸੋ ਹੋ ਰਹੀਆਂ ਨੇ ਟਾਇਰ ਵੀ ਵਧੀਆ ਪਏ ਨੇ ਉਹ ਚਲਾਇਆ ਚਲੋ ਵੀ ਵਧੀਆ ਹੋਇਆ ਜਹਾਜੀ ਫਰਸ ਹੈ ਰੇਲ ਦਾ ਹਿੱਸਾ ਲੱਗਿਆ ਟਰਾਲੇ ਦੇ ਤੇ ਟਾਟਾ ਕੰਪਨੀ ਦਾ ਲੋਹਾ ਲੱਗਿਆ ਹੋਇਆ ਟਰਾਲੇ ਤੇ ਵਧੀਆ ਕੰਡੀਸ਼ਨ ਦੇ ਵਿੱਚ ਪਿਆ ਹੈ ਜਿਹੜਾ ਇਹ ਵੀ ਭਰਾ ਟਰਾਲਾ ਲੈਣ ਲਈ ਚਾਹਵਣ ਹੋਵੇ ਮਾਲਕ ਨਾਲ ਸੰਪਰਕ ਕਰਕੇ ਖਰੀਦ ਸਕਦਾ ਹੈ ਕੰਟੈਕਟ ਨੰਬਰ ਨੀਚੇ ਸਕਰੀਨ ਦੇ ਉੱਤੇ ਸੂਹ ਹੋ ਰਿਹਾ ਹੈ ਤੇ ਮਾਲਕ ਵੀਰ ਹੁਣੇ ਤੋਂ ਹੋਰ ਕੋਈ ਵੀ ਜਾਣਕਾਰੀ ਲੈਣੀ ਹੋਵੇ ਲੈ ਸਾਦਾ ਤੇ ਜੇ ਆਪਾਂ ਇਹ ਡਿਮਾਂਡ ਦੀਆ ਕਰੀਏ ਮਾਲਕ ਵੀਰ ਹੁਣੀਆਂ ਵੱਲੋਂ ਇਸ ਦੀ ਡਿਮਾਂਡ ਰੱਖੀ ਗਈ ਹੈ ਜੋ ਕਿ 295000 ਰੁਪਇਆ ਮੌਕੇ ਦੇ ਥੋੜਾ ਬਹੁਤੀ ਲੈਸ ਹੋਵੇਗਾ ਤੇ ਕੰਟੈਕਟ ਨੰਬਰ ਨੀਚੇ ਸਕਰੀਨ ਦੇ ਉੱਤੇ ਸੂਹ ਹੋ ਰਿਹਾ ਹੈ ਇਸ ਤੇ ਗੱਲ ਕਰਕੇ ਦੂਸਿਆ ਖਰੀਸਾ ਦੇ ਟਰਾਲਾ ਤੇ ਅੱਗੇ ਆਪਾਂ ਕਰਦੇ ਆ ਫਾਰਮਟ੍ਰੈਕ 60 ਦੀ ਜਿਸ ਤਰ੍ਹਾਂ ਜੋ ਮਾਡਲ ਹੈ 2007 ਮਾਹੌਲਾ ਟਰੈਕਟਰ ਦਾ ਜੇ ਆਪਦੇ ਟਾਈਮ ਦੀਆ ਕਰੀਏ ਵਿਧੇ ਕੰਡੀਸ਼ਨ ਦੇ ਵਿੱਚ ਰੈੱਡ ਦੇ ਟਾਇਰ ਪਏ ਨੇ ਹੈਵੀ ਬੈਂਪਰ ਹੱਡਾ ਡੰਡਾ ਡਰਾਵਲ ਨਾਲਾ ਟਰੈਕਟਰ ਦੇ ਪੰਜਾਬ ਨੰਬਰ ਦਾ ਟਰੈਕਟਰ ਤੇ ਬਾਡੀ ਚਾਹ ਇਸ ਦਿਰਾ ਮਗਰਾਟਾ ਰੰਗਸਾ ਨਾਲ ਦਾ ਕਿਤੇ ਵੀ ਦਵਾ ਰੰਗ ਪੇਂਟ ਨਹੀਂ ਹੋਇਆ ਹੋਇਆ ਤੇ ਇੰਜਨ ਗੀਰ ਲਿਫਟ ਪੰਪ ਦਾ ਟਰੈਕਟਰ ਫਲੋਕੇ ਆ ਕੋਈ ਕਮੀ ਪੀਸੀ ਨਹੀਂ ਕੋਈ ਪਾਰਟ ਇਸ ਨਹੀਂ ਇਹ ਰੁਪਿਆ ਨਹੀਂ ਭਾਲਦਾ ਫੁੱਲ ਟੌਪ ਕਲਾਸ ਕੰਡੀਸ਼ਨ ਦੇ ਵਿੱਚ ਰੈਟ ਰੁਪਿਆ ਹੈ ਤੇ ਜਿਹੜਾ ਇਹ ਵੀ ਪ੍ਰਾ ਟਰੈਕਟਰ ਲੈਣ ਲਈ ਚਾਹਵਣ ਹੋਵੇ ਬਾਕੇ ਚਲਾ ਕੇ ਟਹਿ ਡਰਾਈਵ ਕਰਕੇ ਟਰੈਕਟਰ ਖੀਸਾ ਆਦੇ ਉਤੇ ਜੇ ਆਪੇ ਡਿਮਾਂਡ ਦੀਆ ਕਰੀਏ ਮਾਲਕ ਵੀਰ ਹੁਣੀਆਂ ਵੱਲੋਂ ਇਸ ਦੀ ਡਿਮਾਂਡ ਰੱਖੀ ਗਈ ਹੈ 3,70,000 ਰੁਪਏ ਜੋ ਕਿ ਮੌਕੇ ਦੇ ਥੋੜਾ ਬਹੁਤੀ ਲੈਸ ਹੋਵੇਗਾ ਤੇ ਕੰਟੈਕਟ ਨੰਬਰ ਨੀਚੇ ਸਕਰੀਨ ਦੇ ਉਤੇ ਸ਼ੋ ਹੋ ਰਿਹਾ ਹੈ ਇਸ ਤੇ ਕਾਲ ਕਰਕੇ ਤੁਸੀਂ ਟਰੈਕਟਰ ਖੀਸਾ ਆਦੇ ਉ ਤੇ ਮਾਲਕ ਵੀਰ ਹੁਣੀਆਂ ਤੋਂ ਟਰੈਕਟਰ ਬਾਰੇ ਹੋਰ ਕੋਈ ਵੀ ਜਾਣਕਾਰੀ ਲੈ ਸਕਦੇ ਕੰਟੈਕਟ ਨੰਬਰ ਤੇ ਤੇ ਮੋਗਾ ਏਰੀਆ ਮਾਲਕ ਵੀਰ ਹੁਣੀਆਂ ਦਾ ਤੇ ਅੱਗੇ ਆਪਾਂ ਕਰਦੇ ਆਂ ਵਰਾਜ 855 ਦੀ ਜੇਸਤਾ ਜੋ ਮਾਡਲ ਹੈ 1993 ਮੋਹਲਾ ਟਰੈਕਟਰ ਦਾ ਜੇ ਆਪ ਇਹਦੇ ਟਾਇਰ ਦੀ ਆ ਕਰੀਏ 75 ਪੈਸੇ ਇਹਦੇ ਟਾਇਰ ਪੈਣੇ ਐ ਐਮ ਆਰ ਐਫ ਕੰਪਨੀ ਦੇ ਟਾਇਰ ਨੇ ਹੈਵੀ ਬੰਪਰ ਹੁੱਡ ਨਾਲਾ ਟਰੈਕਟਰ ਦੇ ਅਗਲੇ ਟਾਇਰ ਦੇ ਮਗਰਾਟਾ ਲੱਗੇ ਨੇ ਬਾਡੀ ਚੈਸਿਸ ਦੇ ਨਾਲ ਮਗਰਾਟਾ ਰੰਗ ਸਾਰ ਨਾਲ ਦਾ ਕਿਤੇ ਵੀ ਦਵਾ ਰੰਗ ਪੇਂਟ ਨਹੀਂ ਹੋਇਆ ਹੋਇਆ ਤੇ ਇੰਜਨ ਗੀਅਰ ਲਿਫਟ ਪੰਪ ਦਾ ਟਰੈਕਟਰ ਫਲੋਕੇ ਹੈ ਕਿ ਕਮੀ ਬੇਸ਼ਿਕ ਨ ਕੋਈ ਪਾਰਟ ਇਸ ਚ ਨਹੀਂ ਹੋ ਕੇ ਰਿਪੇਅਰ ਨਹੀਂ ਭਾਲਦਾ ਫੁੱਲ ਟੌਪ ਕਲਾਸ ਕੰਡੀਸ਼ਨ ਦੇ ਵਿੱਚ ਟਰੈਕਟਰ ਪਿਆ ਹੈ ਸੇ ਝੀਰੀ ਦੇ ਵਿੱਚ ਟਰੈਕਟਰ ਹੈ ਤੇ ਜਿਹੜਾ ਇਹ ਵੀਪਰਾ ਟਰੈਕਟਰ ਲੈਣ ਲਈ ਚਾਹਵਣ ਹੋਵੇ ਬਾਕੇ ਜਲਾਕੇ ਤਹ ਹ ਡਰਾਈਵ ਕਰਕੇ ਟਰੈਕਟਰ ਹਿੱਸਾ ਆ ਦਿਓ ਤੇ ਜੇ ਆਪਾਂ ਇਹ ਡਿਮਾਂਡ ਦੀਆ ਕਰੀਏ ਮਾਲਕ ਵੀਰ ਹੁਣੀਆਂ ਵੱਲੋਂ ਇਸ ਦੀ ਰਿਮਾਂਡ ਰੱਖੀ ਗਈ ਹੈ 1 ਲੱਖ 95000 ਰੁਪਇਆ ਜੋ ਕਿ ਮੌਕੇ ਦੇ ਥੋੜਾ ਬਹੁਤ ਲੈਸ ਹੋਵੇਗਾ ਤੇ ਕੰਟੈਕਟ ਨੰਬਰ ਨੀਚੇ ਸਕਰੀਨ ਦੇ ਉੱਤੇ ਦਿਖੋ ਹੋ ਰਿਹਾ ਹੈ ਇਸ ਤੇ ਕਾਲ ਕਰਕੇ ਦੂਸਰੇ ਟਰੈਕਟਰ ਖੀਸਾ ਆਦੇ ਤੇ ਮਾਲਕ ਵੀਰ ਹੁੰਨੇ ਤੇ ਹੋਰ ਕੇ ਵੀ ਜਾਣਕਾਰੀ ਲੈ ਸਾਂ ਟਰੈਕਟਰ ਬਾਰੇ ਤੇ ਇਹ ਇਹ ਹੈਗਾ ਮਾਲਕ ਵੀਰ ਹੁੰਨੇ ਦਾ ਮੋਗਾ ਤੇ ਬਈ ਯਾਰ ਇੱਕ ਗੱਲ ਹੋਰ ਯਾਰ ਹੁਣ ਮੜੇ ਵੀਡੀਓ ਚ ਜਿਆਦਾ ਸੰਦਾ ਆ ਕਰਨਗੇ ਕਿਉਂਕਿ ਯਾਰ ਸੇਲ ਵਾਸਤੇ ਬਾਰੇ ਸੰਦਾ ਆਉਂਦੇ ਆ ਫਿਰ ਯਾਰ ਵੀਰਾਂ ਦੀ ਕੰਪਲੀਟ ਆਉਂਦੀ ਹੈ ਵੀ ਐਡ ਨਹੀਂ ਲਾਈ ਹੈਗੀ ਯਾਰ ਤੇ ਬਬੋ ਕਰਦੇ ਆ ਧੰਨਵਾਦ ਸਾਡੀ ਪੂਰੀ ਵੀਡੀਓ ਦੇਖਣ ਲਈ ਜਿਹੜਾ ਵੀ ਭਰਾ ਆਪਣੇ ਚੈਨਲ ਤੇ ਨਵੇਂ ਆਇਆ ਆਪਣੇ ਚੈਨਲ ਨੂੰ ਕੱਲ ਸਬਸਕ੍ਰਾਈਬ ਤੇ ਨਾਲ ਲੱਗੇ ਘੰਟੀ ਦੇ ਆਪਸ਼ਨ ਨੂੰ ਆਲ ਤੇ ਕਰ ਦਿਓ ਸੈਟ ਤਾਂ ਕਿ ਨੰਤਰੇ ਵੀਡੀਓਸ ਨੂੰ ਸੱਤ ਪਹਿਚਾਨ ਤੇ ਮਿਲਦੀ ਰਹਿਣਾ ਧੰਨਵਾਦ ਜੀ ਸਤਿ ਸ਼੍ਰੀ ਅਕਾਲ